दुख दे विच तां सारी दुनिया रो रही है। ਇੱਦਾਂ ਦਾ ਜਿਹੜਾ ਮੈਂ ਪਹਿਲੀ ਵਾਰ ਦੇਖ ਰਿਹਾ, ਸਾਡਾ ਕਲਾਕਾਰ ਭਰਾ ਸੀ ਮੇਰਾ, ਅੱਜ ਪੰਜਾਬ ਸਰਕਾਰ ਵੱਲੋਂ ਸਾਨੂੰ ਸੋਗ ਸੰਦੇਸ਼ ਦੇ ਕੇ ਭੇਜਿਆ ਸੀ ਸਾਡੇ ਡਾਕਟਰ ਬਲਜੀਤ ਕੌਰ, ਸਾਡੇ ਮਿਨਿਸਟਰ ਕੈਬਨਿਟ ਮਿਨਿਸਟਰ ਨਾਲ ਆਏ ਨੇ, MLA ਸਾਹਿਬ ਆਏ ਨੇ। ਪਰ ਦੁਨੀਆ ਰੋ ਰਹੀ ਆ, ਇਹ ਫਰਿਸ਼ਤਾ ਸਿੱਖ ਇੱਦਾਂ ਦੇ ਲੋਕ ਅਰਬਾਂ ਲੋਕਾਂ 'ਚ ਲੱਖਾਂ ਮੀਲਾਂ 'ਤੇ ਹਜ਼ਾਰਾਂ ਸਾਲਾਂ ਬਾਅਦ ਪੈਦਾ ਹੁੰਦੇ ਨੇ, ਅਤੇ ਜਿਹੜੀ ਮਾਂ ਨੇ ਪੁੱਤ ਜੰਮਿਆ, ਇੱਕ ਮਾਂ ਨੇ ਪੁੱਤ ਜੰਮਿਆ, ਇੱਕ ਬਾਪ ਨੇ ਪਾਲਿਆ, ਅਤੇ ਹਜ਼ਾਰਾਂ ਨਹੀਂ ਲੱਖਾਂ ਮਾਵਾਂ ਰੋ ਰਹੀਆਂ, ਲੱਖਾਂ ਭਰਾ ਰੋ ਰਹੇ, ਲੱਖਾਂ ਪਿਓ ਰੋ ਰਹੇ ਨੇ। ਅੱਜ ਅਸੀਂ ਆਏ ਹਾਂ, ਮੈਂ 25 ਸਾਲ ਦਾ ਗਾਉਣ ਦਾ ਮੈਂ ਬੜੇ ਇਕੱਠਾਂ 'ਚ ਗਾਇਆ, ਚੌਂਕ ਤੋਂ ਲੈ ਕੇ ਮਾਰ ਤੋਂ ਇੱਥੇ ਲੈ ਕੇ 1.5-2 ਘੰਟੇ ਹੋ ਗਏ ਸਾਨੂੰ ਇੱਥੇ ਆਉਣ 'ਤੇ, ਨਾਲੇ ਸਾਡੇ ਨਾਲ ਗੱਡੀ ਵੀ ਲੱਗੀ ਸੀ ਮੂਹਰੇ। ਪਰ ਆਹ ਜਿਹੜਾ ਇਕੱਠ ਆ, ਇਹ ਮਹਾਨ ਗਵਈਆ, ਮਹਾਨ ਇਨਸਾਨ, ਬਹੁਤ ਵੱਡਾ ਲਿਖਾਰੀ, ਸਾਥੋਂ ਪੰਜਾਬੀਅਤ ਖੁੱਸ ਗਿਆ, ਅਤੇ ਪੰਜਾਬ ਦੀ ਪੰਜਾਬੀਅਤ, ਸਾਡੀ ਪੰਜਾਬੀ ਮਾਂ ਬੋਲੀ ਨੂੰ ਗੋਰੇ ਸੁਣਨ ਲਾ ਦੇ, ਬਹੁਤ ਵੱਡਾ ਘਾਟਾ ਨਾ ਹੋਣ ਵਾਲਾ, ਹਜ਼ਾਰਾਂ ਸਾਲਾਂ ਪੂਰਾ ਨਹੀਂ। ਨੇ ਇੱਕ ਬਹੁਤ ਵੱਡਾ ਹੀਰਾ ਗਵਾ ਦਿੱਤਾ, ਸਾਡੇ ਪੰਜਾਬ ਦਾ ਮਾਣ ਸੀ ਉਹ। ਅਸੀਂ ਆਪਣੇ ਬੱਚੇ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਏ ਸੀ, ਸਰਕਾਰ ਵੱਲੋਂ ਹਾਜ਼ਰੀ ਲਵਾਉਣ ਲਈ ਆਏ ਸੀ, ਪਰ ਲੱਖਾਂ ਲੋਕਾਂ ਦਾ ਇਕੱਠ ਇੱਥੇ ਇਹ ਦਿਖਾਵਾ ਕਰਦਾ ਸੀ ਕਿ ਜਿਸ ਤਰ੍ਹਾਂ ਦੀ ਉਹਦਾ ਸੁਸਾਇਟੀ ਦੇ ਵਿੱਚ ਯੋਗਦਾਨ ਰਿਹਾ, ਅਸੀਂ ਉਹਨੂੰ ਕਦੇ ਵੀ ਭੁਲਾ ਨਹੀਂ ਸਕਦੇ, ਉਸਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ। ਪੰਜਾਬ ਸਰਕਾਰ ਸਿੱਧੂ ਪਰਿਵਾਰ ਦੇ ਮਿਸ਼ਨ ਨਾਲ ਖੜੀ ਹੈ ਅਤੇ ਖੜੀ ਰਹੇਗੀ।